ਅੰਮ੍ਰਿਤਸਰ ਦੇ ਕੋਟ ਮਿੱਤ ਸਿੰਘ ਇਲਾਕੇ 'ਚ 3 ਜਿੰਦਾ ਬੰਬ ਅਤੇ 2 ਮੋਰਟਾਰ ਸ਼ੈੱਲ ਮਿਲਣ ਦੀ ਖਬਰ ਹੈ। ਚਸ਼ਮਦੀਦ ਮੁਤਾਬਕ ਇਹ ਬੰਬ ਅਤੇ ਮੋਰਟਾਰ ਸ਼ੈੱਲ ਇੱਕ ਬੋਰੀ 'ਚ ਕੂੜੇ ਦੇ ਢੇਰ 'ਤੇ ਪਏ ਹੋਏ ਸਨ ਅਤੇ ਉਸਨੇ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਅਤੇ ਪ੍ਰਸ਼ਾਸਨ ਨੇ ਮੌਕੇ 'ਤੇ ਪੁੱਜ ਕੇ ਇਲਾਕੇ ਨੂੰ ਸੀਲ ਕਰਕੇ ਇਹਨਾਂ ਵਿਸਫੋਟਕਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਉੱਧਰ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਹ ਕੂੜਾ ਚੁੱਕਣ ਵਾਲਾ ਸੀਗਾ ਜਿਹੜਾ ਭਗਤਾਂ ਵਾਲੇ ਤੋਂ ਆ ਰਿਹਾ ਸੀਗਾ। ਲੋਕਾਂ ਨੇ ਇੱਥੇ ਨੋਟਿਸ ਕੀਤਾ ਕਿ ਉਹਦੇ ਬੈਗ ਦੇ ਵਿੱਚ ਇੱਕ ਨਾਲ ਛੋਟਾ ਬੈਗ ਹੈ ਜਿਹ 'ਚ ਕਾਫੀ ਲੋਅਰ ਟਾਈਪ ਚੀਜ਼ ਹੈਗੀ। ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ, ਜਦੋਂ ਇਹਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਅਤੇ ਇਹਦੇ 'ਚ ਜਿਹੜਾ ਆਰਮ ਦਾ ਡਿਸਪੋਜ ਆਫ ਹੁੰਦਾ ਬੰਬ ਟਾਈਪ ਉੱਦਾਂ ਦੇ ਹੈਗੇ ਆ। ਬਾਕੀ ਬੰਬ ਟੀਮ ਅਸੀਂ ਐਕਸਪਰਟ ਮੰਗਾ ਲਏ ਨੇ, ਫਿਰ ਅਗਲਾ ਪ੍ਰੋਸੀਜਰ ਐਜ ਇਟ ਇਜ਼ ਜੋ ਹੋਏਗਾ ਉੱਦਾਂ ਕਰਾਂਗੇ। ਨਹੀਂ, ਇਹਨੂੰ ਹਜੇ ਗਿਣਤੀ ਨਹੀਂ ਕੀਤੀ ਕਿਉਂਕਿ ਇਹ ਐਜ਼ ਇਟ ਇਜ਼ ਅਸੀਂ ਪ੍ਰਜ਼ਰਵ ਕਰ ਲਿਆ। ਇਹ ਐਕਸਪਰਟ ਬੰਬ ਟੀਮ ਡਿਸਪੋਜ਼ਲ ਜਿਹੜੀ ਬੰਬ ਡਿਸਪੋਜ ਟੀਮ ਆ ਉਹ ਆਏਗੀ ਅਤੇ ਉਹੀ ਇਹਨਾਂ ਨੂੰ ਛੇੜ ਛੜੇ ਗਈ। ਆਮ ਬੰਦੇ ਦੇ ਵਾਸਤੇ ਗੱਲ ਨਹੀਂ ਹੁੰਦੀ ਇਹਨਾਂ 'ਚ। ਬਿਊਰੋ ਰਿਪੋਰਟ, ਪੰਜਾਬ ਨਾਓ।